ਕਿੱਦਾਂ ਜੀ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ? ਹੋਪ ਕਰਦਾ ਸਾਰੇ ਜਣੇ ਘੈਂਟ ਹੋਵੋਗੇ ਕੈਮ। ਤੇ ਅੱਜ 5 ਤਰੀਕ ਯਾਰ ਹੁਣੀ ਚੱਲੇ ਹੈਗੇ ਆ ਵੈਂਕੂਵਰ, ਸਰੀ, BC, ਬ੍ਰਿਟਿਸ਼ ਕੋਲੰਬੀਆ। ਮੌਸਮ ਟੋਰਾਂਟੋ ਦਾ ਦੇਖੋ, ਇਸ ਵੇਲੇ ਭੂਰ ਪੈ ਕੇ ਹਟੀ ਆ ਥੋੜ੍ਹੀ ਥੋੜ੍ਹੀ, ਅਤੇ ਬਸ ਡਰਿਜ਼ਲਿੰਗ ਹੋ ਚੁੱਕੀ ਹੈ। ਅਤੇ ਹੁਣ ਕੁਛ ਨਹੀਂ ਕਰਨਾ, ਆਈਪੈਡ ਜੇਬ 'ਚ ਹੈ, ਬੈਗ 'ਚ, ਫੋਨ ਦੇ ਚਾਰਜਰ ਚੂਰਜਰ ਸਾਰੇ ਬੈਗ 'ਚ ਹੈ, ਐਕਸਟਰਾ ਫੋਨ ਲੈ ਲਿਆ, ਟੈਚੀ ਰੈਡੀ ਆ, ਜਹਾਜ਼ ਵੇਟ ਕਰਦਾ ਪਿਆ ਆ, ਪਾਇਲਟ ਸਾਫ ਕਰਦਾ ਪਿਆ ਆ, ਅਤੇ ਮੇਰੀ ਗੱਡੀ ਹਲੇ ਸਾਫ ਹੋਣ ਵਾਲੀ ਆ, ਪਰ ਇਹ ਮੈਂ ਗਰਾਜ 'ਚ ਖੜਾਉਣੀ ਆ, ਅਤੇ ਤਾਂ ਕਰਕੇ ਮੈਂ ਹਲੇ ਘਰ ਹੀ ਹਾਂ। ਅਤੇ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਹਾਂ ਏਅਰਪੋਰਟ ਦਾ ਹਿਸਾਬ ਕਿਤਾਬ, ਕੀ ਰਸ਼ ਰੁਸ਼ ਹੈਗਾ ਜਾਂ ਕਿੱਦਾਂ ਆ, ਅਤੇ ਫਿਰ ਬਾਅਦ 'ਚ ਬੋਰਡਿੰਗ ਪਾਸ ਵਗੈਰਾ ਲੈਣਾ ਹੈਗਾ ਉੱਥੋਂ, ਸਭ ਕੁਛ ਕਰਨਾ ਹੈਗਾ ਆ। ਤਾਂ ਕਰਕੇ ਹੁਣ ਟੈਚੀ ਨੂੰ ਪਹਿਲਾਂ ਰੱਖੀ ਅਸੀਂ ਡਿੱਗੀ ਦੇ ਵਿੱਚ, ਅਤੇ ਹਲੇ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਕਿਹਨੇ ਡਰੋਪ ਕਰਨਾ ਏਅਰਪੋਰਟ। ਪੰਡਿਤ ਨੂੰ ਪੁੱਛਿਆ ਸੀ, ਪੰਡਿਤ ਵੀ ਸੀ, ਆਕਾਸ਼ ਨੂੰ ਪੁੱਛਿਆ, ਆਕਾਸ਼ ਕੰਮ 'ਤੇ, ਅਤੇ ਅਨਮੋਲ ਨੂੰ ਪੁੱਛਿਆ, ਅਨਮੋਲ ਕਾਲ ਦੇ ਉੱਤੇ, ਅਤੇ ਕਹਿਣ ਦਾ ਮਤਲਬ ਹਲੇ ਆਈ ਡੋਂਟ ਨੋ ਨਥਿੰਗ ਕਿ ਕਿਹੜਾ ਬੰਦਾ ਜਿਹੜਾ ਹੈਗਾ ਉਹ ਮੈਨੂੰ ਛੱਡਣ ਜਾਊਗਾ। ਬਾਕੀ ਲੈਟਸ ਸੀ, ਹੁਣ ਮੈਂ ਕਾਲ ਕਰਦਾ ਆਹ ਵਾਲੀ ਵੀਡੀਓ ਤੋਂ ਬਾਅਦ, ਦੇਖਦੇ ਹਾਂ ਕੌਣ ਜਾਂਦਾ ਕੌਣ ਨਹੀਂ, ਅਤੇ ਫਿਰ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ, ਮਿਲਾਉਂਦੇ ਹਾਂ, ਜੋ ਵੀ ਹੋਇਆ ਤੁਹਾਨੂੰ ਅਪਡੇਟ ਕਰਦੇ ਹਾਂ, ਗੱਡੀ ਗਰਾਜ 'ਚ ਲਾ ਕੇ ਆਉਂਦੇ ਹਾਂ, ਦਿਖਾਉਂਦੇ ਹਾਂ ਸਾਰੇ ਜਣੇ ਬੜੇ ਰੋ ਨਾਲ ਵੀਡੀਓ ਦੇ ਵਿੱਚ ਐਂਡ ਤੱਕ। ਸਬਸਕ੍ਰਾਈਬ ਕਰਦੇ ਪਹਿਲਾਂ ਚੈਨਲ ਨੂੰ ਸਾਰੇ ਜਣੇ, ਕਿਉਂਕਿ ਲੱਖ ਸਬਸਕ੍ਰਾਈਬਰ ਹੋਣ ਲੱਗੇ ਇੰਸਟਾਗ੍ਰਾਮ 'ਤੇ, ਫੋਲੋ ਕਰ ਲਓ। ਚਲੋ ਅੱਗੇ ਚੱਲੀ, ਹੁਣ ਲਓ ਜੀ ਗੱਡੀ ਲਾਤੀ ਹੈ ਪੂਰੀ ਘੈਂਟ, ਗੱਲਬਾਤ ਸੈੱਟ। ਹਾਂਜੀ ਜਨਾਬ, ਹੁਣ ਗੱਡੀ 'ਚ ਸਮਾਨ ਵਗੈਰਾ ਕੱਢੀਏ ਐਂਡ ਚਲੀਏ ਅੰਦਰ, ਆਪਣਾ ਸਾਰਾ ਕੰਮ ਡਨ ਹੈ, ਸਾਰਿਆਂ ਨੂੰ ਮਿਲ ਜਾਂਦਾ ਜਿਹਨਾਂ ਨੂੰ ਮਿਲਣਾ ਸੀ, ਖਾਸ ਜਿਹਨਾਂ ਨੇ ਫੋਨ ਕਰ ਲਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਐਂਡ ਹੁਣ ਜਿਹੜਾ ਮੇਰਾ ਸਾਈਕਲ ਹੈਗਾ, ਬਸ ਮੈਂ ਉਹਨੂੰ ਅੰਦਰ ਖੜਾ ਕਰਨਾ, ਐਂਡ ਉਸ ਤੋਂ ਬਾਅਦ ਗਰਾਜ ਨੂੰ ਲਾ ਦੇਣਾ ਲੌਕ, ਨਾ ਹੀ ਕੋਈ ਆਵੇ ਨਾ ਹੀ ਕੋਈ ਨੇੜੇ ਤੇੜੇ ਦਿਖੇ, ਬਸ ਆਪਣਾ ਕੰਮ ਡਨ ਹੈ। ਅਤੇ ਹੁਣ ਤੁਹਾਨੂੰ ਅੱਗੇ ਜਾ ਕੇ ਦਿਖਾ ਰਹੇ ਹਾਂ, ਅਨਮੋਲ ਆ ਰਿਹਾ ਮੈਨੂੰ ਲੈਣ ਅਤੇ ਏਅਰਪੋਰਟ 'ਤੇ ਪਿੱਕ ਕਰਨ ਛੱਡਣ, ਅਤੇ ਬਸ ਫਿਰ ਮੈਂ ਉਹਦੇ ਕੋਲ ਚਲ ਜਾਣਾ ਆ, ਬਸ ਆ ਹੀ ਰਿਹਾ ਹੋਰ ਕਿਸੇ ਵੀ ਟਾਈਮ ਦੇ ਵਿੱਚ ਪਹੁੰਚਣ ਲੱਗਾ ਆ। ਹੁਣ ਮੈਂ ਗਰਾਜ ਬੰਦ ਕਰਾਂ ਅਤੇ ਡਨ ਕਰਾਂ, ਅਤੇ ਇੰਡੀਆ ਚੱਲਾਂ, ਛੋਟੀ ਟੈਚੀ ਲੈ ਕੇ। ਚੰਗਾ ਜੀ ਚੱਲੇ ਇੰਡੀਆ ਨੂੰ, ਏਅਰਪੋਰਟ 'ਤੇ ਪਹੁੰਚ ਚੁੱਕੇ, ਅਨਮੋਲ ਨੇ ਛੱਡਤਾ, ਹੁਣ ਚੱਲੇ ਅੰਦਰ ਚੈੱਕ ਇਨ ਕਰਨ, ਦੇਖਦੇ ਹਾਂ। ਮੈਂ ਚੈੱਕ ਇਨ ਵਗੈਰਾ ਕਰ ਲਿਆ ਸੀ ਔਨਲਾਈਨ ਹੀ ਫੋਨ 'ਤੇ, ਪਰ ਇੱਕ ਵਾਰ ਮੈਂ ਹੁਣ ਦੇਖਦੇ ਅੰਦਰ ਕੀ ਹੋਣਾ, ਬੜੀ ਦੇਰ ਬਾਅਦ ਜਾਣ ਲੱਗਾ, ਜਦ ਤਾਂ ਇੰਡੀਆ ਤੋਂ ਆਇਆ 2.5-3 ਸਾਲ ਪਹਿਲਾਂ ਉਦੋਂ ਹੀ ਆਇਆ ਸੀ, ਹੁਣ ਦੁਬਾਰਾ ਏਅਰਪੋਰਟ ਦੇ ਅੰਦਰ ਚੱਲਾ, ਵਧੀਆ ਐਕਸਪੀਰੀਅੰਸ ਹੈ। ਜੀ ਕਰਦਾ ਇੱਕ ਤੁਹਾਡੇ ਲਈ ਵੀਡੀਓ ਬਣਾ ਦਵਾਂ, ਦੂਜੀ ਆਪਣੀ ਹਾਊ ਟੂ ਟਰੈਵਲ ਵਾਲੀ ਜਿਹੜੀ ਮੈਂ ਪਾਈ ਸੀਗੀ ਆਹ ਵਾਲੀ, ਤੁਸੀਂ ਚੈੱਕ ਕਰੋ, ਇਹਦੇ ਉੱਤੇ ਤਕਰੀਬਨ 2 ਲੱਖ ਵਿਊ ਹੋਇਆ ਹੈ। ਅਤੇ ਆਏ ਨਹੀਂ ਏਅਰ ਹੋਸਟਸ, ਹਾਂ ਚਲੋ ਆਜੋ ਚੱਲੀਏ ਅੰਦਰ, ਨਜ਼ਾਰਾ ਆਊਗਾ। ਹਾਂਜੀ ਬਾਬੇ, ਚੈੱਕ ਇਨ ਕੰਪਲੀਟ, ਉਹਨਾਂ ਨੇ ਪਰੂਫ ਆਫ ਵੈਕਸੀਨੇਸ਼ਨ ਦੇਖਿਆ, ਉਹ ਡਨ ਹੈ, ਅਤੇ ਹੁਣ ਅੱਗੇ ਜਾ ਰਹੇ ਹਾਂ ਗੇਟ ਵੱਲ, D ਨੰਬਰ ਗੇਟ ਹੈ, ਦਿਖਾਉਣਾ ਪੈ ਗਿਆ। ਆਪਣੀ D39 ਫਲਾਈਟ ਹੈਗੀ, D39 ਗੇਟ ਨੰਬਰ ਹੈ, ਅਤੇ ਇਸ ਵੇਲੇ D31 ਆ ਗਿਆ ਆ। ਲੈਟ ਮੀ ਸ਼ੋ ਯੂ ਗਾਈਜ਼, ਮੈਂ ਬੈਲਟ ਦੇ ਉੱਪਰ ਆਇਆ ਐਂਡ ਬਸ ਗੇਟ ਦੇ ਮੂਹਰੇ ਆ ਕੇ ਬਹਿ ਜਾਣਾ, ਜਹਾਜ਼ ਆਪਣਾ ਲੱਗਿਆ ਹੋਣਾ।
ਤੇ ਹੋਪ ਪਾਇਲਟ ਨੇ ਸਾਫ ਕਰਤਾ ਹੋਵੇ ਜਹਾਜ਼। ਲੈਟਸ ਸੀ ਹੁਣ D39 ਤੁਹਾਨੂੰ ਪਿੱਛੇ ਦਿਖਾ, D32 ਤੇ 34 ਇੱਧਰ ਆ, 39 ਅੱਗੇ ਆ। ਲੈਟਸ ਗੋ। ਅੰਦਰ ਚੱਲੇ ਜਹਾਜ਼ ਦੇ ਹੁਣ, ਅਤੇ ਸਭ ਡਨ ਹੋ ਗਿਆ। ਹੁਣ ਅੰਦਰ ਜਾ ਕੇ ਸੀਟ ਲੈਂਦੇ ਹਾਂ ਐਂਡ ਫਿਰ ਵੀਡੀਓ ਬਣਾਉਂਦੇ ਹਾਂ। ਏਅਰਪੋਰਟ ਤੋਂ ਬਾਹਰ ਨਿਕਲ ਗਿਆ ਅਤੇ ਹੁਣ ਬੈਕ ਟੂ ਮੇਨ ਡੋਰ। ਬੱਸ ਹੋ ਗਈ ਫਲਾਈਟ ਦੀ, ਅੱਗੇ ਦਾ ਕੁਛ ਹੋਰ ਹੀ ਬਣਾ ਤਾ। ਹੁਣ ਬਾਹਰ ਚੱਲਦੇ ਹਾਂ, ਦੈਨ ਦੇਖਦੇ ਹਾਂ ਕੌਣ ਆ ਰਿਹਾ। ਹਾਂਜੀ, ਮਿੱਤਰੋ ਟੋਰਾਂਟੋ ਦੇ ਵਿੱਚ ਸਨੋ ਪਈ ਨਹੀਂ, ਸਰੀ ਦੇ ਵਿੱਚ ਇੰਨੀ ਇੰਨੀ ਸਨੋ, ਅਤੇ ਇੱਥੇ ਦਾ ਬੁਰਾ ਹਾਲ ਹੋਇਆ ਹੋਇਆ ਸਵੇਰ ਨੂੰ। ਇੱਥੇ ਕੀ ਕਹਿੰਦੇ ਆ, ਕਿੰਨੀ ਜ਼ਿਆਦਾ ਬਰਫ਼ ਪੈ ਜਾਣੀ ਆ,
ਤੇ ਹੁਣ ਹੀ ਇੰਨੀ ਜ਼ਿਆਦਾ ਬਰਫ਼ ਪੈ ਚੁੱਕੀ ਆ ਕਿੰਨੀ ਬਹੁਤ ਜ਼ਿਆਦਾ ਚਲੋ ਸਵੇਰ ਨੂੰ ਦੇਖਦੇ ਹਾਂ ਹੁਣ ਕਰੀਏ ਵੀਡੀਓ ਖਤਮ ਪਹੁੰਚ ਗਏ ਟੋਰਾਂਟੋ ਵੈਨਕੂਵਰ ਆ ਦੇਖੋ ਵੈਲਕਮ 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 ਅੰਦਰ